ਬੰਦੇ ਜ਼ਰੂਰ ਆਇਆ ਸੋ ਚੱਲ ਸੀ ਸਭ ਤੋਂ ਯਾਰੀ ਮਾਰ ਕੇ ਤੇ ਵਹਾਂ ਤੱਕ ਅਨੁਸਾਰ ਸਰਦਾਰ ਜੁਲਾ ਸਿੰਘ ਜੀ ਉਸ ਅਕਾਲ ਪੁਰਖ ਵੱਲੋਂ ਮਕਸਦ ਯਾਰ ਕੀਤੀ ਹੋਈ ਸੰਸਾਰ ਯਾਤਰਾ ਪੂਰੀ ਕਰ ਉਸ ਦਿਨ ਪਹਿਲਾਂ ਪ੍ਰਲੋਕ ਚੌਣ ਕਰਦੇ ਸਨ ਉਹਨਾਂ ਦੀ ਰੂਹ ਦੀ ਆਰਥਿਕ ਸ਼ਾਂਤੀ ਵਾਸਤੇ ਪਿੱਛੇ ਪਰਿਵਾਰ ਨੇ ਨਾਲ ਕੇ ਆਪਣੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਗਏ ਸਨ ਜਿਨ੍ਹਾਂ 'ਤੇ ਅੰਮ੍ਰਿਤ ਵੇਲੇ ਭੋਗ ਪਏ ਗਏ ਭੋਗਾਂ ਤੋਂ ਉਪਰੰਤ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਜੇਵੀ ਚੇਰੀ ਜਿਕਿਆ ਤੇਵੇਂ ਹੁਕਮ ਚਲਾਏ ਘੱਲੇ ਆਏ ਨਾਨਕਾ ਸਦਾ ਆਏ ਉੱਠੇ ਗਾਏ ਦੇ ਹੁਕਮ ਅਨੁਸਾਰ ਸਾਡੇ ਮਾਮਾ ਜੀ ਕਿਉਂਕਿ ਸਾਡੇ ਭਗਵਾਨ ਜੀ ਬੈਠੇ ਆ ਜੇ ਭਰਾ ਜੀ ਛੱਡ ਵੀ ਮਾਮਾ ਜੀ ਆ ਸੋ ਉਹਨਾਂ ਨੇ ਆਪਾਂ ਅੰਤ ਅੰਦਾਜ਼ 'ਚ ਬੈਠੇ ਹਾਂ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਇਸ ਨਗਰ ਨੂੰ ਵੀ ਘਾਟਾ ਪਿਆ ਕਿਉਂਕਿ ਵਧੀਆ ਸੋਚਾਂ ਵਾਲੇ ਬਜ਼ੁਰਗ ਕੋਸ਼ੀ ਹੁੰਦੇ ਹਨ ਇਹ ਸਾਦਾ ਜਿਹਾ ਪਰਿਵਾਰ ਜਿੱਥੇ ਸਰਦਾਰ ਸੁਰਗਵਾਸੀ ਜੋਰਾ ਸਿੰਘ ਜੀ ਇੱਕ ਹਰਿਆ ਭਰਿਆ ਪਰਿਵਾਰ ਛੱਡ ਕੇ ਗਏ ਆ ਪਿੱਛੇ ਆਪਣੇ ਦੋ ਬੇਟੇ ਇੱਕ ਬੇਟੀ ਉਹ ਬੇਟੀ ਬਾਹਰ ਸੇਟਲਾ ਸੋ ਬੜਾ ਕੁਸ਼ੀਆ ਭਰਿਆ ਪਰਿਵਾਰ ਆ ਅੰਤਮ ਅਰਦਾਸ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਜੁੜ ਬੈਠੇ ਗੁਰੂ ਪਿਆਰੇ ਗੁਰੂ ਕੇ ਸਾਸਨ ਜੀ ਗੱਡ ਗੱਡ ਕੇ ਬੁਲਾਓ ਫਤਿਹ ਕਰੋ ਸੁਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਪ੍ਰਾਣੀ ਜਦੋਂ ਇਸ ਸੰਸਾਰ ਦੇ ਵਿੱਚ ਜਨਮ ਲੈਣ ਲਈ ਆਉਂਦਾ ਉਸ ਤੋਂ ਪਹਿਲਾਂ ਅਕਾਲ ਪੁਰਖ ਵੱਲੋਂ ਉਸਦੇ ਸਵਾਸ ਅਤੇ ਉਸਦਾ ਦਾਣ ਪਾਣੀ ਤੈਅ ਕੀਤਾ ਜਾਂਦਾ ਇਹ ਪ੍ਰਾਣੀ ਇੰਨੇ ਸਵਾਸ ਲੈ ਕੇ ਇੰਨਾ ਅੰਨ ਪਾਣੀ ਚੁੱਕ ਕੇ ਤੂੰ ਆਪਣਾ ਜੀਵਨ ਸਫਲ ਕਰਕੇ ਇਸ ਸੰਸਾਰ ਦੇ ਵਿੱਚ ਵਾਪਸ ਆਉਣਾ ਕਰ ਯੁੱਗ ਦਾ ਸਮਾਂ ਹੋਣ ਕਾਰਨ ਪ੍ਰਾਣੀ ਪਰਮਾਤਮਾ ਨਾਲ ਵਾਅਦਾ ਤਾਂ ਜ਼ਰੂਰ ਕਰਦਾ ਕਿ ਮੈਨੂੰ ਤੂੰ ਇਸ ਦੁਨੀਆਂ ਦੇ ਵਿੱਚ ਜਨਮ ਦੇ ਕਿ ਮੈਂ ਤੇਰਾ ਜਾ ਕੇ ਨਾਮ ਜਪੂੰਗਾ ਕਿ ਆਪਣਾ ਜੀਵਨ ਤੇਰੇ ਦੱਸੇ ਮਾਰਗ ਅਨੁਸਾਰ ਸਫਲ ਕਰਕੇ ਵਾਪਸ ਤੇਰੇ ਚਰਨਾਂ ਵਿੱਚ ਆਵਾਂਗਾ ਜਿਹਾ ਕੀ ਲਿਖਿਆ ਤਿਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਤੀ ਉੱਠ ਜਾਏ ਗੁਰਬਾਣੀ ਦੇ ਇਸ ਮਹਾਂਵਾਕ ਅਨੁਸਾਰ ਅਕਾਲ ਪੁਰਖ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਜੋਰਾ ਸਿੰਘ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਸ਼ਾਮਲ ਹੋਈ ਸਮੁੱਚੀ ਸਾਧ ਸੰਗਤ ਜੀ ਆਓ ਫਤਿਹ ਦੀ ਪਾਈਏ ਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕੀਤੀ ਹੋਈ ਸਾਰੀ ਸੇਵਾ ਦਾ ਫਲ ਸਵਰਗਵਾਸੀ ਸਰਦਾਰ ਜੋਰਾ ਸਿੰਘ ਜੀ ਦੀ ਆਤਮਾ ਨੂੰ ਪ੍ਰਾਪਤ ਹੋਵੇ ਸੋ ਧੰਨਵਾਦ ਹੈ ਜੀ ਤੁਸੀਂ ਸਾਰੇ ਹੀ ਰਾਜਸੀ ਧਾਰਮਿਕ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਚੋਂ ਇਸ ਪਰਿਵਾਰ ਦੇ ਨਾਲ ਮੁੱਖ ਦੀ ਘੰਟੀ ਵਿੱਚ ਸ੍ਰੀ ਗੁਰੂ ਵਾਸਤੇ ਪਹੁੰਚੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਕਾਰ ਜੋ ਸਰਬਵਾਸੀ ਭਾਈ ਜੋਰਾ ਸਿੰਘ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਅੱਜ ਉਹਨਾਂ ਦੇ ਨਿਮਿਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਹੋਣੀ ਹੈ। ਸਾਰੇ ਹੀ ਨਗਰ ਵਾਸੀ ਸੰਗਤਾਂ ਬਾਹਰੋਂ ਆਏ ਰਿਸ਼ਤੇਦਾਰ ਸਾਹਿਬ ਸੰਬੰਧੀ ਸਭ ਮਾਈ ਭਾਈ ਨੂੰ ਬੇਨਤੀ ਹੈ ਕਿ ਭਾਈ ਹੁਣ ਗੁਰੂ ਘਰ ਵਿੱਚ ਕਲਯੁਗ ਮੈਂ ਕੀਰਤਨ ਪ੍ਰਦਾਨਾਂ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਭਾਗਾਂ ਅਨੁਸਾਰ ਬੈਰਾਗ ਮੈਂ ਕੀਰਤਨ ਆਰੰਭ ਹੋਣ ਲੱਗੇ ਨੇ। ਸਾਰੀਆਂ ਹੀ ਸੰਗਤਾਂ ਭਾਈ ਜਲ ਪਾਣੀ ਛੱਕ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚਣ ਦੀ ਕਿਰਪਾ ਉਤਾਰ ਕਰੋ। ਦੁਬਾਰਾ ਫਿਰ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜੋਰਾ ਸਿੰਘ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਸੋ ਅੱਜ ਉਹਨਾਂ ਦੇ ਨਿਮਿਤ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਹੋਣੀ ਹੈ। ਹੁਣ ਹਰਿ ਜਸ ਕੀਰਤਨ ਆਰੰਭ ਹੋਣ ਲੱਗੇ ਨੇ। ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਕਿ ਜਿਨ੍ਹਾਂ ਨੇ ਜਲ ਪਾਣੀ ਛੱਕ ਲਿਆ ਹੈ ਉਹ ਸਾਰੀਆਂ ਸੰਗਤਾਂ ਭਾਈ ਗੁਰੂ ਦਰ ਨਹਿ ਜੋ ਬਨੇ
चेतना है तो चेतना चेतना है तो चेत ले निस दिन में प्राणी चेतना है तो चेत ले निस दिन में प्राणी चेतना है तो चेत ले चेतना है तो चेत ले Thank you.
एक ना एक दिन सतगुरु पातशाह जी के समा आएगा इस जीव नूं इहो जाणना जिहड़ी भी चीज सानूं साडियां अखां दे नाल दिसदी है सतगुरु पातशाह जी कहिंदे चाहे वह मकान ने चाहे बनस्पति ने है चाहे जीव है चाहे पशु है चाहे मनुख है हमें एक ना एक दिन सतगुरु पातशाह जी कहिंदे इस संसार नूं छड्ड के चले जाओ जिमें प्रौहना एक रात रहा दो रात रहा अपनी रिश्तेदारी दे विच ते वापस अपनी मंजिल वल चलिया गया इस तरह पातशाह जी कहिंदे भाई तू भी इस संसार दे उत्ते थोड़े समय वास्ते आए हाँ एक प्रौहने की न्याई इस संसार दे उत्ते आए हाँ तू अपने रिश्तेदारी दे विच याद रखी धन गुरु ग्रंथ साहिब पातशाह जी कहते इना हो तू इतने सदा वास्ते टिक के बैठ जावे जिमें कोई प्रौहना आवे एक दिन वास्ते दो दिन वास्ते तो रिश्तेदारी दे विच कह दे मैं पक्का ही भाई एक ठिकाणा करना अपना फिर रिश्तेदार भी एक ना एक दिन कह देंगे ने गुरु नूं कि प्यारे वे भाई तू अपनी सतगुरु पातशाह जी कहते भुपराए देश के आया हुआ है ताई कहते ने इस लोक तो परलोक गगन कर गया पराए देश के दे सतगुरु पातशाह जी कहते आया हुआ पराए देश अपना देश ना कर जिमें एक मनुख इस इंडिया तो जाके फॉरन कंट्रियां दे विच कुछ समय वास्ते काम काज करता पर पक्का तो नहीं उत्थे वसनीक होंदा चाहे किसी नूं सतगुरु पातशाह जी कहे पर फिर भी वह मनुख अपने मात भूमि दे उत्ते किसी ना किसी दिन फिर भी वापस आउंदा इसे तरह इस पराए देश दे विच असीं आए हुए हैं ये साडा पक्का देश नहीं पक्का देश साडा परमात्मा की दरगाह है तो सपना श्री वाहिगुरु तो इस करके गुरमत प्यारे हो सतगुरु पातशाह जी कहिंदे मौत नूं हर समय याद रखना चाहिए अपनी विचार चली सी भी विरले विरले मनुखां तों बगैर उस प्राणी का मित्र प्राणी का संस्कार किया गया सारे सिरां दे लाइटां ते जदों वापस गुरु घर वाल आ रहे हैं संस्कार करके की वेखते ने जिन्हां प्राणियों के सिरां दे उत्ते सब दे लाइटां लई सब दीआं लाइटां बज गईआं एक लाइट लगदी आम दिन रात उठ बैठ सोबत नाम सतगुरु पातशाह जी का नाम उठदियां बैठदियां सुतदियां हर समय चेते दे विच रख क्योंकि कोई पता नहीं कदों मौत ने आ के तैनूं अपने पंजे दे विच जकड़ लिया फिर उस नाम ने ही तेरी अंत दे समय सतगुरु पातशाह जी कहिंदे सहायता करनी है सुखनी साहब की बाणी के भी सतगुरु पातशाह जी मोहर लाने ने जिह मार्ग के गने जाहे ना कोसा हर का नाम मुहा संग दोसा जिन्हें पता नहीं कितना लंबा रास्ता है और भयानक रास्ता है सतगुरु पातशाह जी कहते उस रास्ते दे विच गुरमुख प्यारे तो तुरिया नहीं जाना लंघिया नहीं जाना उस रास्ते दे राही सतगुरु पातशाह जी कहते हाँ एक रास्ता है तेनों बचण का जे तू परमात्मा का नाम जिंदगी दे विच जपिया होया होवेगा ਉਹ ਰਸਤਾ ਸੌਖਾ ਤੇਰਾ ਸਫ਼ਰ ਸੌਖਾ ਖਤਮ ਹੋ ਜਾਵੇਗਾ ਤੂੰ ਸਪਨਾ ਆਪ ਸ੍ਰੀ ਵਾਹਿਗੁਰੂ
ਇਸੇ ਨੂੰ ਸਤਿਗੁਰੂ ਪਾਤਸ਼ਾਹ ਜੀ ਬਾਣੀ ਦੇ ਵਿੱਚ ਸਮਝਾਉਂਦੇ ਨੇ। ਪੱਲੇ ਬੰਨ ਲੈ ਮਨਾ ਵਾਹਿਗੁਰੂ ਜੀ ਦਾ ਨਾਮ ਜਪਦਾ
ਉਸ ਮਨੁੱਖ ਨੂੰ ਕਾਰਨ ਦੀ ਕੀ ਲੋੜ ਹੈ ਸਤਿਗੁਰੂ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਮਰਦਾਨੇ ਆ ਉਹ ਮਨੁੱਖ ਨਾਮ ਜਪਦਾ ਪਰ ਨਾਮ ਆਪਣੇ ਭਲੇ ਵਾਸਤੇ ਨਹੀਂ ਜਪਦਾ ਕਰੀਏ ਫਿਰ ਉਸ ਦਰਖਤ ਦੇ ਥੱਲੇ ਬੈਠ ਕੇ ਥੱਲੇ ਹੀ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰੋੜਾਂ ਦੇ ਉੱਤੇ ਬੈਠ ਕੇ ਭਾਈ ਗੁਰਦਾਸ ਜੀ ਕਹਿੰਦੇ ਰੋੜਾਂ ਕੀ ਗੁਰ ਕਰੀ ਵਸਾਈ ਅੱਕ ਆਹਾਰ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਸਾਈ ਰੇਤ ਨੂੰ ਵੀ ਆਹਾਰ ਕਿਹਾ ਇਹੋ ਜਿਹੇ ਕਠਿਨ ਸਮੇਂ ਦੇ ਵਿੱਚ ਰਹਿ ਕੇ ਵੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਦੁਨੀਆਂ ਨੂੰ ਉਤਾਰਿਆ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ ਉਸ ਪਰਮਾਤਮਾ ਜੀ ਦੀ ਸਿਫਤ ਸਲਾਹ ਕਰੀਏ ਫਿਰ ਮਰਦਾਨੇ ਨੇ ਇਤਿਹਾਸ ਕਹਿੰਦਾ ਸਿਆਲਕੋਟ ਸ਼ਹਿਰ ਦੇ ਬਾਰ ਬਾਰ ਦਰਖਤ ਦੇ ਮਰਦਾਨੇ ਨੇ ਰਬਾਬ ਦੀ ਤਾਰ ਛੱਡੀ ਕੀ ਰਬਾਬ ਕਹਿ ਰਹੀ ਹੈ ਇਤਿਹਾਸ ਕਹਿੰਦਾ ਧੰਨ ਗੁਰੂ ਨਾਨਕ ਪੂਰੀ ਜਾਣਕਾਰ ਧੰਨ ਗੁਰੂ ਨਾਨਕ ਪੂਰੀ ਇਹ ਆਵਾਜ਼ਾਂ ਰਬਾਬ ਦੇ ਵਿੱਚੋਂ ਆ ਰਹੀਆਂ ਸਤਿਗੁਰੂ ਪਾਤਸ਼ਾਹ ਜੀ ਬੜਾ ਸਮਾਂ ਉੱਤੇ ਟਿੱਕੇ ਗੁਰਬਾਣੀ ਦਾ ਸ਼ਬਦ ਗਾਇਨ ਕਰਨ ਤੋਂ ਬਾਅਦ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਮਰਦਾਨੇ ਨੂੰ ਆਖਿਆ ਮਰਦਾਨਿਆ ਜਾਂ ਸਾਡਾ ਬਚਨ ਮਨ ਉਹ ਸਾਹਮਣੇ ਦਿਸ ਰਿਹਾ ਇੱਕ ਫਕੀਰ ਦਾ ਡੇਰਾ ਤੇਰਾ ਉਹ ਮੱਠ ਦਿਸ ਰਿਹਾ ਨਾ ਉਸ ਮੱਠ ਦੇ ਵਿੱਚ ਇੱਕ ਫਕੀਰ ਬੈਠਾ ਉਹਦਾ ਨਾਂ ਹੈ ਹਮਜਾ ਗੌਮਸ ਫਕੀਰ ਇਤਿਹਾਸ ਦੇ ਵਿੱਚ ਨਾਂ ਹੈ ਜਾਂ ਮਰਦਾਨੇ ਉਸ ਹਮਜਾ ਗੌਮਸ ਫਕੀਰ ਨੂੰ ਸਾਡੇ ਕੋਲ ਬੁਲਾਇਆ ਕੀ ਲੈ ਕੇ ਆ ਸਤਿਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਭਾਈ ਮਰਦਾਨਾ ਉਸ ਫਕੀਰ ਦੇ ਡੇਰੇ ਪਹੁੰਚ ਗਿਆ ਤੇ ਸਾਹਮਣੇ ਉਹ ਮਿਲ ਕੇ ਉਹਦੇ ਚੇਲੇ ਤੇ ਕਹਿਣ ਲੱਗਾ ਭਾਈ ਮਰਦਾਨਾ ਚੇਲਿਆਂ ਨੂੰ ਗੁਰਮੁਖ ਪਿਆਰਿਓ ਮੇਰੇ ਨਾਨਕ ਨਿਰੰਕਾਰੀ ਨੇ ਤੁਹਾਡੇ ਫਕੀਰ ਨੂੰ ਮਿਲਣਾ ਕਿਰਪਾ ਕਰੋ ਮੇਰੇ ਨਾਨਕ ਨਿਰੰਕਾਰੀ ਨੇ ਤੁਹਾਡੇ ਫਕੀਰ ਨੂੰ ਬੁਲਾਇਆ ਤੇ ਉਹਨੂੰ ਮੈਂ ਸੱਦਾ ਪੱਤਰ ਦੇਣ ਵਾਸਤੇ ਆਇਆ ਉਹ ਦਰਖਤ ਦੇ ਹੇਠਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬੈਠੇ ਨੇ ਤੇ ਚੇਲਿਆਂ ਨੇ ਜਵਾਬ ਦਿੱਤਾ ਕਹਿਣ ਲੱਗੇ ਫਕੀਰਾ ਸਾਡਾ ਫਕੀਰ 40 ਦਿਨ ਨਹੀਂ ਤੁਹਾਡੇ ਨਾਨਕ ਨਿਰੰਕਾਰੀ ਨੂੰ ਮਿਲ ਸਕਦਾ
ਤੁਹਾਨੂੰ ਚਾਲੀ ਜਾਨੀ ਮਿਲ ਸਕਦਾ। ਕਾਰਨ ਪੁੱਛਿਆ, ਭਾਈ ਮਰਦਾਨੇ ਨੇ ਆਖਣ ਲੱਗੇ, ਚਾਲੀ ਦਿਨ ਦੇ ਚਲੀਸੇ ਵਾਸਤੇ ਅੰਦਰ ਮੱਠ ਦੇ ਵਿੱਚ ਸਾਡਾ ਪੀਰ ਬੈਠਾ ਤੇ ਸਾਨੂੰ ਹੁਕਮ ਕੀਤਾ ਉਹਨੇ ਕੋਈ ਵੀ ਬਾਹਰ ਆਵੇ ਮਿਲਣ ਵਾਸਤੇ ਮੈਂ ਨਹੀਂ ਮਿਲ ਸਕਦਾ। ਉਹਨੇ ਪਰਣ ਕੀਤਾ ਹੋਇਆ ਹੈ ਕਿ ਚਾਲੀ ਦਿਨ ਮੈਂ ਸੂਰਜ ਨੂੰ ਮੱਥੇ ਨਹੀਂ ਲਾਉਣਾ, ਇਸ ਕਰਕੇ ਚਾਲੀ ਦਿਨ ਦੇ ਚਲੀਸੇ ਤੋਂ ਬਾਅਦ ਫਿਰ ਫਕੀਰਾ ਤੈਨੂੰ ਸਾਡਾ ਫਕੀਰ ਮਿਲ ਸਕਦਾ, ਇਸ ਕਰਕੇ ਅਸੀਂ ਮਿਲਾ ਬੜੇ ਬੜੇ ਤਰਲੇ ਕੀਤੇ, ਨਿਰਤਾ ਕੀਤੀਆਂ ਵੀ ਇੰਨਾ ਸਮਾਂ ਸਾਡੇ ਕੋਲ ਨਹੀਂ ਹੈ, ਅਸੀਂ ਨਹੀਂ ਰਹਿ ਸਕਦੇ, ਹੋਰ ਵੀ ਦੁਨੀਆਂ ਨੂੰ ਤਾਰਨਾ, ਹੋਰ ਵੀ ਦੁਨੀਆਂ ਦਾ ਚੱਕਰ ਲਾਉਣਾ। ਭਾਈ ਮਰਦਾਨਾ ਲੱਗਿਆ, ਗੱਲ ਮੰਗਾਓ ਜਵਾਬ ਦੇ ਦਿੱਤਾ, ਵਾਪਸ ਪਹੁੰਚਿਆ ਭਾਈ ਮਰਦਾਨਾ ਤੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਦੱਸ ਦਿੱਤਾ, ਸਤਿਗੁਰੂ ਪਾਤਸ਼ਾਹ ਉਸ ਫਕੀਰ ਦਾ ਚਲੀਸਾ ਰੱਖਿਆ ਹੋਇਆ, ਉਹ ਕਹਿੰਦਾ ਮੈਂ ਸੂਰਜ ਨੂੰ ਮੱਥੇ ਨਹੀਂ ਲਾਉਣਾ, ਇਸ ਕਰਕੇ ਚਾਲੀ ਦਿਨ ਮੈਂ ਮਿਲ ਨਹੀਂ ਸਕਦਾ। ਉਹਦੇ ਚੇਲਿਆਂ ਨੇ ਆਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਮਰਦਾਨੇ, ਇੰਨਾ ਸਮਾਂ ਆਪਣੇ ਕੋਲ ਨਹੀਂ ਹੈ, ਆਪਾਂ ਨਹੀਂ ਰਹਿ ਸਕਦੇ ਇਸ ਜਗ੍ਹਾ ਦੇ ਉੱਤੇ ਇੰਨਾ ਸਮਾਂ, ਜਾਂ ਕੋਈ ਇੱਕ ਵਾਰੀ ਕੋਈ ਗੱਲ ਨਹੀਂ ਸਾਡਾ ਵਚਨ ਮੰਨ ਕੇ ਚੱਲਿਆ ਗਿਆ ਤੇ ਫਕੀਰ ਦੇ ਚੇਲਿਆਂ ਨੂੰ ਕਹਿ ਵੀ ਇੱਕ ਵਾਰੀ ਮਿਲਾ। ਫਿਰ ਗਿਆ ਭਾਈ ਮਰਦਾਨਾ ਉਸ ਡੇਰੇ ਦੇ ਵਿੱਚ ਜਾ ਕੇ, ਮਿੰਨਤਾਂ ਵੀ ਕੀਤੀਆਂ, ਤਰਲੇ ਵੀ ਕੀਤੇ, ਨਹੀਂ ਮਿਲਾਇਆ। ਇੱਥੋਂ ਤੱਕ ਕਿ ਜਦੋਂ ਜਾਦੇ ਕਹਿਣ ਲੱਗ ਗਿਆ ਭਾਈ ਮਰਦਾਨਾ, ਉਹਦੇ ਚੇਲਿਆਂ ਨੇ ਗੁੱਸੇ ਦੇ ਵਿੱਚ ਅੱਪ ਸ਼ਬਦ ਵੀ ਬੋਲਿਆ, ਉੱਚਾ ਨੀਵਾਂ ਵੀ ਬੋਲਿਆ, ਜਾਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਚੱਲਿਆ ਜਾ, ਜੇ ਨਹੀਂ ਜਾਂਦਾ ਤਾਂ ਤੈਨੂੰ ਫਿਰ ਸਾਨੂੰ ਭੇਜਣਾ ਵੀ ਆਉਂਦਾ, ਇਹੋ ਜਿਹੀ ਬੋਲੀ ਬੋਲਦੇ ਆ ਨਾ ਗੁਰਮੁਖ ਪਿਆਰ। ਕਹਿੰਦੇ ਜੇ ਨਹੀਂ ਜਾਂਦਾ ਫਿਰ ਸਾਨੂੰ ਭੇਜਣਾ ਵੀ ਆਉਂਦਾ, ਜਦੋਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਤੂੰ ਵਾਪਸ ਚੱਲਿਆ। ਦਰ ਦਾ ਮਾਰਾ ਭਾਈ ਮਰਦਾਨਾ ਇਤਿਹਾਸ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ। ਸਤਿਗੁਰੂ ਪਾਤਸ਼ਾਹ ਉਹ ਨਹੀਂ ਮਿਲਾਉਂਦੇ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਮਰਦਾਨੇ ਇੱਕ ਵਾਰੀ ਹੋਰ ਚੱਲਿਆ ਗਿਆ। ਭਾਈ ਮਰਦਾਨਾ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, ਜੇ ਹੁਣ ਭੇਜਿਆ ਤਾਂ ਫਿਰ ਮੈਂ ਸਹੀ ਸਲਾਮ ਤੋਂ ਵਾਪਸ ਵੀ ਨਹੀਂ ਆਉਂਦਾ। ਸਤਨਾਮ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, ਕੋਈ ਹੱਡ ਪੈਰ ਭੰਨ ਕੇ ਮੇਰਾ ਵਾਪਸ ਭੇਜੂਗੇ। ਸਮਝ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵਿਗਰੋਧ ਦੇ ਵਿੱਚ ਬੋਲਦੇ, ਉੱਚਾ ਨੀਵਾਂ ਬੋਲਿਆ ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨੇ ਆ ਕੋਈ ਗੱਲ ਨਹੀਂ, ਜਿਹੜਾ ਸਾਡੇ ਸੱਦੇ ਦੇ ਉੱਤੇ ਤੇ ਨਹੀਂ ਆਇਆ ਮਰਦਾਨਿਆਂ ਲੈ ਫਿਰ ਉਸ ਮਨੁੱਖ ਨੂੰ ਅਸੀਂ ਨਿਗਾਹ ਕਰਦੇ ਹਾਂ, ਉਹ ਆਪ ਚੱਲ ਕੇ ਮਿਲਣ ਵਾਸਤੇ ਆਵੇਗਾ। ਤੂੰ ਸਤਨਾਮ ਸ੍ਰੀ ਵਾਹਿਗੁਰੂ। ਫਿਰ ਅਭਿਆਸ ਕਹਿੰਦਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਫਕੀਰ ਦੇ ਅਸਥਾਨ ਵੱਲ ਡੇਰੇ ਵੱਲ ਆਪਣੀ ਨਜ਼ਰ ਘੁਮਾਈ, ਅੱਖਾਂ ਦੀ ਦ੍ਰਿਸ਼ਟੀ ਉਸ ਫਕੀਰ ਦਿਖਾ ਵੱਲ ਰਹੀ ਸੀ ਨਾ ਗੁਰਮੁਖ ਪਿਆਰੇ। ਇਤਿਹਾਸ ਕਹਿੰਦਾ ਉੱਥੇ ਆਪਸ ਵਿੱਚ ਕੁਝ ਪ੍ਰਾਣੀਆਂ ਦਾ, ਕੁਝ ਲੋਕਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ। ਉਹ ਕਹਿ ਰਿਹਾ ਸਾਡਾ ਬੰਦਾ ਅਸੀਂ ਲੈ ਕੇ ਜਾਣਾ, ਤੇ ਉਹ ਕਹਿ ਰਹੇ ਨੇ ਸਾਡਾ ਬੰਦਾ ਅਸੀਂ ਲੈ ਕੇ ਜਾਣਾ। ਜਦੋਂ ਉਹਨਾਂ ਦੋ ਠੱਗਾਂ ਨੇ ਦੇਖਿਆ ਵੀ ਆਪਸ ਵਿੱਚ ਝਗੜਾ ਕਰ ਰਹੇ ਨੇ ਮਨੁੱਖ, ਬੜੇ ਜੱਜ ਹੋਏ, ਪੁੱਛਣਾ ਕੀਤਾ ਭਾਈ ਕਿਉਂ ਤੁਸੀਂ ਲੜ ਰਹੇ ਹੋ, ਕੌਣ ਹੁੰਦੇ ਹੋ? ਦੱਸਣ ਵਾਲਿਆਂ ਨੇ ਉਹਨਾਂ ਨੇ ਦੱਸਿਆ, ਇੱਕ ਇੱਕ ਧਿਰ ਨੇ ਦੱਸਿਆ ਵੀ ਅਸੀਂ ਧਰਮ ਰਾਜੇ ਨੇ ਭੇਜੇ ਹੋਏ ਜਮ ਦੂਤ ਹਾਂ, ਤੇ ਇੱਕ ਧਿਰ ਨੇ ਦੱਸਿਆ ਸੀ ਦੇਵਤੇ ਨੂੰ। ਫਿਰ ਤੁਸੀਂ ਲੜਾਈ ਕਿਉਂ ਕਰ ਰਹੇ ਹੋ, ਝਗੜਾ ਕਿਉਂ ਕਰ ਰਹੇ ਆ? ਉਹਨਾਂ ਠੱਗਾਂ ਨੂੰ ਆਖਿਆ ਭਾਈ ਜਮ ਦੂਤ ਕਹਿੰਦੇ ਇਹ ਪ੍ਰਾਣੀ ਜਿਸ ਦੀ ਚਿਖਾ ਬੜ ਰਹੀ ਹੈ, ਇਸ ਪ੍ਰਾਣੀ ਨੇ ਸਾਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਕੀਤਾ, ਨਾ ਸਤ ਸੰਗਤ ਕੀਤੀ, ਨਾ ਗੁਰੂ ਦੇ ਦੁਆਰੇ ਦੇ ਉੱਤੇ ਗਿਆ। ਸਤਿਗੁਰੂ ਪਾਤਸ਼ਾਹ ਜੀ ਵੀ ਕਹਿੰਦੇ ਕਿ ਆਹ ਤੇ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਪ੍ਰਮਾਨ ਦਰ ਕੇ ਆਇਆ। ਜਦੋਂ ਉਸ ਪਰਮਾਤਮਾ ਦਾ ਰੱਬੀ ਦਰਗਾਹ ਦੇ ਵਿੱਚੋਂ ਸਦਾ ਆ ਗਿਆ, ਉਦੋਂ ਤੈਨੂੰ ਜਾਣਾ ਪੈਣਾ, ਤੇ ਨਾਲ ਗੱਲ ਇਹ ਵੀ ਹੈ ਉਸੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਲੇਖਾ ਵੀ ਹੋਣਾ। ਸਤਨਾਮ
ਲੇਖਾ ਦੀ ਲੱਪੀ ਦਰਗਾਹ ਦੇ ਵਿੱਚ ਹੋਣਾ ਹੈ। ਹੁਣ ਲੜ ਰਹੇ ਨੇ ਜਮ ਦੋਤਾਂ ਨੇ ਆਖਿਆ ਧਰਮ ਰਾਜ ਜਗ ਮੈਨੂੰ ਪਰਵਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਉਸ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਮਨੁੱਖ ਵੱਲ ਦ੍ਰਿਸ਼ਟੀ ਪੈ ਗਈ ਉਂਗਲ ਹੋ ਗਈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਇਸ ਕਰਕੇ ਇਸ ਮਨੁੱਖ ਦੇ ਸਾਰੇ ਪਾਪ ਧੋਤੇ ਗਏ। ਆਖੋ ਸਤਨਾਮ ਇੰਨੀ ਤਾਕਤ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਇੰਨੀ ਤਾਕਤ ਹੈ ਜਿਹੜੀ ਨਜ਼ਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਮਾਂ ਨੂੰ ਵੀ ਛਡਾ ਲੈਂਦੀ ਹੈ। ਆਖੋ ਸਤਨਾਮ ਸ੍ਰੀ ਪਿਆਰ ਨਾਲ ਵੀ ਫੜ ਲਈ ਹੈ ਬਿਨਾ ਸਾਜਾਂ ਤੋਂ ਪੜੇ ਜਮਾਂ ਤੋਂ ਲੈ ਛਡਾ ਨਜ਼ਰ ਗੁਰੂ ਨਾਨਕ ਦੀ ਜਮਾਂ ਤੋਂ ਲੈ ਛਡਾ ਨਜ਼ਰ ਗੁਰੂ ਨਾਨਕ ਦੀ ਜਮਾਂ ਤੋਂ ਲੈ ਛਡਾ ਨਜ਼ਰ ਗੁਰੂ ਨਾਨਕ ਦੀ ਨਜ਼ਰ ਮਾਰੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਹਮਜਾ ਗੌਂਸ ਪੀਰ ਦੇ
ਮੜ ਦੇ ਉੱਤੇ ਨਜ਼ਰ ਮਾਰ ਬਾਹਰ ਆ ਗਿਆ, ਭਰਿਆ ਪੀਤਾ ਹੰਕਾਰ ਦੇ ਵਿੱਚ ਆਇਆ, ਕ੍ਰੋਧ ਦੇ ਵਿੱਚ ਆਇਆ, ਆਪਣੇ ਚੇਲਿਆਂ ਨੂੰ ਪੁੱਛਣ ਲੱਗਿਆ, ਕਿਹੜਾ ਮਨੁੱਖ ਹੈ ਜਿਹਨੇ ਮੇਰੇ ਚਲੀਸੇ ਨੂੰ ਭੰਗ ਕਰ ਦਿੱਤਾ। ਪੁੱਛਿਆ ਵੀ ਇੱਥੇ ਕੋਈ ਆਇਆ ਤਾਂ ਨਹੀਂ। ਉਹਦੇ ਚੇਲਿਆਂ ਨੇ ਆਖਿਆ, ਹਾਂ ਪੀਰ ਜੀ, ਇੱਕ ਪੀਰ ਆਇਆ ਸੀ, ਇੱਕ ਫਕੀਰ ਆਇਆ ਸੀ, ਉਹ ਕਹਿੰਦਾ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਤੁਹਾਡੇ ਫਕੀਰ ਨੂੰ ਮਿਲਣਾ ਹੈ। ਫਿਰ ਤੁਸੀਂ ਕੀ ਆਖਿਆ? ਕਹਿੰਦੇ ਅਸੀਂ ਜਵਾਬ ਦੇ ਦਿੱਤਾ ਵੀ 40 ਦਿਨ ਦਾ ਚਲੀਸਾ ਹੈ, 40 ਦਿਨ ਦੇ ਚਲੀਸੇ ਤੋਂ ਬਾਅਦ ਸਾਡਾ ਫਕੀਰ ਮਿਲ ਸਕਦਾ। ਜਵਾਬ ਦੇ ਦਿੱਤਾ, ਉਹਨੇ ਬੜੀਆਂ ਮਿੰਨਤਾਂ ਵੀ ਕੀਤੀਆਂ, ਤਰਲੇ ਵੀ ਕੀਤੇ, ਅਸੀਂ ਉਹ ਆਪ ਸ਼ਬਦ ਬੋਲ ਕੇ, ਉੱਚੇ ਦੀਵੇ ਸ਼ਬਦ ਬੋਲ ਕੇ ਵਾਪਸ ਭੇਜ ਦਿੱਤਾ। ਬੜਾ ਕ੍ਰੋਧਵਾਨ ਹੋਇਆ ਫਕੀਰ ਹਮਜ਼ਾ ਗੌਸ, ਵੀ ਇਸ ਫਕੀਰ ਨੇ ਮੇਰਾ ਚਲੀਸਾ ਭੰਗ ਕਰ ਦਿੱਤਾ। ਚਲੀਸਾ ਰੱਖਿਆ ਕਿਉਂ ਸੀ? ਇਤਿਹਾਸ ਦੇ ਵਿੱਚ ਆਉਂਦਾ, ਕਹਿੰਦੇ ਉਸ ਸਿਆ ਔਲਾਦ ਹੋਵੇ, ਪੁੱਤਰ ਹੋ ਜਾਵੇ, ਤੇ ਕਹਿੰਦੇ ਫਕੀਰ ਨੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਪਰ ਹੋਣਾ ਤਾਂ ਵਾਹਿਗੁਰੂ ਜੀ ਦੀ ਰਜ਼ਾ ਦੇ ਅਨੁਸਾਰ ਹੈ। ਘਰ ਦੋ ਪੁੱਤਰ ਹੋ ਗਏ, ਉਹਨੇ ਉਸ ਸ਼ਾਹੂਕਾਰ ਨੇ ਮੰਨਿਆ ਸੀ ਵੀ ਪਹਿਲਾ ਪੁੱਤਰ ਤੇਰੇ ਡੇਰੇ ਦੇ ਵਿੱਚ ਚੜਾਵਾਂਗਾ, ਤੇ ਜਦੋਂ ਪੁੱਤਰ ਦੋ ਘਰ ਦੇ ਵਿੱਚ ਹੋ ਗਏ, ਇਸ ਹਮਜ਼ਾ ਗੌਸ ਫਕੀਰ ਨੇ ਉਹਦੇ ਕੋਲੋਂ ਪੁੱਤਰ ਮੰਗਿਆ ਵੀ ਤੂੰ ਮੇਰੇ ਨਾਲ ਵਾਅਦਾ ਵਿਖਾ ਦਿੰਦੇ ਆ। ਭਾਈ ਵਰਦਾਨੇ ਨੂੰ ਆਖਿਆ ਤੇ ਧਰਤੀ ਦੇ ਉੱਤੇ ਰੋਡਾਂ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਹੱਥ ਫੇਰਿਆ ਤੇ ਕੀ ਨਿਕਲਿਆ? ਦੋ ਟਕੇ ਮਿਲੇ। ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਟਕਾ ਲਿਜਾ ਕੇ ਵਾਹਿਗੁਰੂ ਦੋ ਲਾਲ ਮਿਲੇ, ਬੜੇ ਕੀਮਤੀ ਬੇਸ਼ੁਮਾਰ ਲਾਲ ਮਿਲੇ। ਇਤਿਹਾਸ ਕਹਿੰਦਾ ਮਰਦਾਨੇ ਨੂੰ ਆਖਿਆ, ਮਰਦਾਨਿਆਂ ਜਾ ਇਹਨਾਂ ਲਾਲਾਂ ਦਾ ਜਾ ਕੇ ਇੱਕ ਦਾ ਸੱਚ ਤੇ ਇੱਕ ਦਾ ਝੂਠ ਲੈ ਕੇ ਆ। ਤੇ ਭਾਈ ਮਰਦਾਨਾ ਚਲਿਆ ਗਿਆ ਤੇ ਸਾਰਿਆਂ ਦੇ ਕੋਲ ਜਾ ਕੇ ਪੁੱਛਦਾ, ਭਾਈ ਮੈਨੂੰ ਸੌਦਾ ਦੇ ਦਿਓ, ਮੇਰੇ ਫਕੀਰ ਨੇ ਮੰਗਾਇਆ ਵੀ ਇੱਕ ਟਕੇ ਦਾ ਸੱਚ ਦੇ ਦਿਓ, ਇੱਕ ਟਕੇ ਦਾ ਝੂਠ ਦੇ ਦਿਓ। ਕਿਸੇ ਨੇ ਵੀ ਉਹ ਸੱਚ ਤੇ ਝੂਠ ਦਾ ਜਿਹੜਾ ਸੌਦਾ ਸੀ ਨਾ ਦਿੱਤਾ। ਸਾਰਿਆਂ ਨੇ ਜਵਾਬ ਦਿੱਤਾ, ਫਕੀਰਾ ਇਹ ਕੋਈ ਸੌਦਾ ਨਹੀਂ ਹੈ। ਅਖੀਰ ਨੂੰ ਇੱਕ ਦੁਕਾਨ ਦੇ ਉੱਤੇ ਚਲਿਆ ਗਿਆ ਜਿਹਦਾ ਨਾਮ ਦਾ ਇਤਿਹਾਸ ਦੇ ਵਿੱਚ ਮੂਲਾ ਖੱਤਰੀ। ਉਹਦੀ ਦੁਕਾਨ ਦੇ ਉੱਤੇ ਗਿਆ, ਟਕਾ ਫੜਾਇਆ, ਲਾਲ ਫੜਾਇਆ ਤੇ ਕਹਿਣ ਲੱਗਾ, ਭਾਈ ਸਾਹਿਬ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਲਾਲ ਦਿੱਤਾ, ਇਹ ਟਕਾ ਹੀ ਦਿੱਤੇ ਨੇ ਵੀ ਮੈਂ ਸੌਦਾ ਲੈਣਾ, ਸੱਚ ਤੇ ਝੂਠ ਇਹ ਸੌਦਾ ਮੈਨੂੰ ਚਾਹੀਦਾ, ਮੇਰੇ ਨਾਨਕ ਨਾਨਕਾਰੀ ਨੇ ਮੰਗਵਾ। ਉਸ ਗੁਰਮੁਖ ਪਿਆਰੇ ਨੇ ਸਤ ਸੰਗ ਦੇ ਉੱਤੇ ਆ ਸ਼ਬਦ ਲਿਖ ਕੇ ਇਤਿਹਾਸ ਕਹਿੰਦਾ ਭਾਈ ਮਰਦਾਨੇ ਦੇ ਹੱਥ ਦੇ ਵਿੱਚ ਕਾਗਜ਼ ਫੜਾ ਦਿੱਤਾ। ਮਰਨਾ ਸੱਚ ਤੇ ਬਦਲੇ ਜੀ।
ਭਾਈ ਮੂਲੇ ਕਤਰੀ ਨੇ ਇਤਿਹਾਸ ਕਹਿ ਦਿੱਤਾ, ਕਹਿੰਦਾ ਦੇ ਦਿੱਤਾ ਫੜਾ ਦਿੱਤਾ ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਇਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪੜ੍ਹਿਆ ਕੀ ਲਿਖਿਆ, ਮਰਨਾ ਬੜੇ ਲੰਬਾ ਸਮਾਂ
बहुत ही लंबा समा जो मंजे के उपर पैसे कटिया बड़ी परवाह ने सेवा की कलम कलम उत्ते बहुत ही प्यार के नाल कोई घाट नहीं छी और जिन्होंने बड़ी मेहनत भी की अपने समय के बीच दसा नौह की किमत की वो आप सारे जानते ही हाँ ਆਪਾਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਾਂ। ਉਹ ਸਮਾਂ ਸਮਾਪਤ ਹੈ। ਆਪਾਂ 5-7 ਮਿੰਟ ਲਾ ਕੇ ਬਸ ਸਮਾਪਤੀ ਕਰ ਦੇਣੀ ਹੈ ਕਿਉਂਕਿ ਮਹਾਰਾਜ ਜੀ ਬਾਣੀ ਵਿੱਚ ਬੜਾ ਕੁਛ ਸਮਝਾਉਂਦੇ ਆ। ਮੈਨੂੰ ਦੱਸਾ ਜੋ ਮੈਂ ਵੀ ਬੇਨਤੀ ਕੀਤੀ ਇਹਨਾਂ ਨੂੰ ਵੀ ਭਾਈ ਜ਼ਰੂਰ ਹਾਜ਼ਰੀ ਲਗਾਉਣੀ ਹੈ। ਸੋ ਬੜਾ ਧੰਨਵਾਦ ਹੈ ਜੱਥੇ ਦਾ। ਸਰਦਾਰ ਜਪੂ ਸ੍ਰੀ ਜੀ ਇਸ ਕਰਕੇ ਇਹਨਾਂ ਨੂੰ ਬੇਨਤੀ ਕੀਤੀ ਵੀ ਜ਼ਰੂਰ ਹਾਜ਼ਰੀ ਲਵਾਉਣੀ ਹੈ। ਜੱਥੇ ਨੇ ਹਾਜ਼ਰੀ ਲਵਾਈ। ਬੜਾ ਸੋਹਣਾ ਸੋਹਣੀ ਵਿਚਾਰ ਇਹਨਾਂ ਨੇ ਕੀਤੀ। ਸੋ ਗੁਰੂ ਪਿਆਰਿਓ ਮਹਾਰਾਜ ਜੀ ਬਾਣੀ ਵਿੱਚ ਦੱਸਦੇ ਆ ਰਾਮ ਗਏ ਰਾਵਣ ਗਏ ਜਾਗੋ ਬਹੁ ਪਰਵਾਰ ਤਹੁ ਨਾਨਕ ਫਿਰ ਕੁਛ ਨਹੀਂ ਸੁਪਨੇ ਜਿਉ ਸੰਸਾਰ। ਆਪਾਂ ਸੱਚ ਮੰਨ ਲੈਂਦੇ ਹਾਂ ਵੀ ਸੁਪਨਾ ਸੱਚ ਹੈ। ਹਰੇਕ ਨੂੰ ਸੁਪਨਾ ਆਉਂਦਾ ਪਰ ਆਪਾਂ ਸੱਚ ਮੰਨ ਲੈਂਦੇ ਹਾਂ ਜੋ ਵੀ ਕੁਝ ਆਪਾਂ ਦੇਖਦੇ ਹਾਂ ਸੁਪਨੇ ਦੇ ਵਿੱਚ ਉਹਨੂੰ ਸੱਚ ਮੰਨ ਲੈਂਦੇ ਹਾਂ। ਨਹੀਂ ਇਹ ਸੱਚ ਨਹੀਂ ਹੈ। ਇੱਕ ਨਾ ਇੱਕ ਦਿਨ ਜਾਣਾ ਹੀ ਪੈਣਾ। ਪ੍ਰਾਣਾ ਰਾਮ ਨਾ ਕੋਲਾ ਹੈ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ। ਬੜੀਆਂ ਉਦਾਹਰਨਾਂ ਆਪਾਂ ਹਰ ਰੋਜ਼ ਸੁਣਦੇ ਹਾਂ। ਭਾਈ ਸਾਹਿਬ ਨੇ ਬੜੀ ਵਧੀਆ ਉਦਾਹਰਨ ਦਿੱਤੀ ਵੀ ਆਪਾਂ ਓਨਾ ਸਮਾਂ ਹੀ ਯਾਦ ਕਰਦੇ ਹਾਂ ਜਿੰਨਾ ਸਮਾਂ ਜਦੋਂ ਆਪਾਂ ਸੰਸਕਾਰ ਕਰਦੇ ਹਾਂ ਉਦੋਂ ਜਾਂ ਫਿਰ ਆਪਾਂ ਅੰਤਮ ਅਰਦਾਸ ਉੱਪਰ ਆਉਂਦੇ ਹਾਂ ਵੀ ਸਾਡੇ ਕੋਈ ਸੰਗੀ ਸਾਥੀ ਰਿਸ਼ਤੇਦਾਰ ਮਿੱਤਰ ਦੋਸਤ ਸਾਥ ਸੰਬੰਧੀ ਕੋਈ ਦੁਨੀਆਂ ਤੋਂ ਚਲਿਆ ਗਿਆ ਅਸੀਂ ਵੀ ਜਾਣਾ ਸਾਰੇ ਜਾਣਦੇ ਹੀ ਹਾਂ। ਆਓ ਕਿੰਨਾ ਹਿੱਸਾ ਮੈਨੂੰ ਬੋਲਿਓ ਗੱਜ ਵੱਜ ਪਤਾ ਲੱਗੇ ਬਈ ਰਿਸ਼ਤੇਦਾਰ ਮਿੱਤਰ ਦੋਸਤ ਸਾਥ ਸੰਬੰਧੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ। ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਹਾਂ। ਬੇਨਤੀ ਕਰਨ ਆਏ ਹਾਂ ਕਿ ਸੱਚੇ ਪਾਤਸ਼ਾਹ ਰਾਮ ਕਲੀ ਮਹੱਲਾ ਤੀਜਾ ਅਗੰਦ ਓਅੰਕਾਰ ਸਤਿਗੁਰ ਪ੍ਰਸਾਦ ਆਏ ਬੰਦਿਆ ਤੇ ਕੀਤਾ ਪਾਪ ਦਾ ਯਾਰ
ਕਿਰਪਾ ਕਰਨੀ ਅਣਜਾਣ ਬੱਚੇ ਸੁਣ ਕੇ ਮਾਫ਼ ਕਰਨਾ ਗੁਰੂ ਵਾਸਤੇ ਸਮਰਤ ਬਖਸ਼ ਕਰਨੀ ਆਈ ਸੰਗਤ ਦੀ ਹਾਜ਼ਰੀ ਸੱਚੇ ਪਾਤਸ਼ਾਹ ਜੀ ਆਪਣੇ ਦਰ ਦੇ ਉੱਤੇ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ ਭਾਈ ਜੋਰਾ ਸਿੰਘ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਤੋਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਕਿਰਪਾ ਕਰਨੀ ਸੱਚੇ ਪਾਤਸ਼ਾਹ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ ਕਰਨਾ ਆਵਾ ਕਰਾਉਣ ਦੇ ਚੱਕਰਾਂ ਨੂੰ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਪਿੱਛੇ ਸਮੂਹ ਪਰਿਵਾਰ ਨੂੰ ਨਿਤ ਨਾਨਕ ਨਾਮ ਧਿਆਏ
अपने भगत गुरु प्रतिपाला अजर जल तेरी बढ़ियाई नित नानक नाम ते आए वाहिगुरु जी का खालसा वाहिगुरु जी की फतेह। दो हाथ गुरु की फतेह अर्ज कर दर जी वाहिगुरु जी का खालसा वाहिगुरु जी की फतेह। जो आया सो चल सी सब को यार मारिए दे वहां का अनुसार सरदार जुलस जी उस अकाल वाहिगुरु वालों मकसद यार की हुई संसार को यात्रा पूरी कर सके। कुछ दिन पहला परलोक जाने करते सन उन्होंने रूह की आर्थिक शांति वास्ते पिछे परिवार ने मैंने कि अपने ग्रह विखे सहज पाठ प्रारंभ करवाए गए सन जिन्हों के अमृत वे पाए गए भोगा तो उपरंत पावन पुत्र प्रस्थान गुरद्वारा साहब विखे गुरु घर के महान पुत्रीय भाई गुरदीप सिंह जी बुरज नगरिया के सरदार भाई गुरबंद सिंह जी उसे जिन्हों के राजपुत्र ने पावन पवित्र गुरबाणी का कीर्तन करके गुरबाणी दधारणा दे के साथ मन सुधार देने की कोशिश की। सरदार जोरा सिंह जी के जीवन बारे जी गल की जा रही है उन्होंने जीवन बड़ा ही सादा जीवन रहा। उन्होंने अपनी जिंदगी दे विच बड़ी सख्त मेहनत की सख्त मेहनत के नाल उन्होंने जो कामयाबी का राज उन्होंने सख्त मेहनत से सरदार जोरा सिंह जी तकरीबन 82 साल की उम्र हो गए संसार को गए। सरदार बाबू सिंह जी के घर माता भगवान कौर जी की कृपा तो उन्होंने जन्म लिया। बड़े खेडे पले उन्होंने अपना गृहस्थी जीवन माता सुखदेव कौर जी के नाल शुरू किया जिथे माता सुखदेव कौर जी ने सरदार जोरा सिंह जी नाल नाल जो खेतीबाड़ी अपना करता उस बड़ा योगदान था क्योंकि माता सुखदेव कौर जी का इन्हों की कामयाबी के बड़ा वाला योगदान है। इन्होंने गृहस्थी जीवन के दौरान इन्होंने घर 5 बच्चों ने जन्म लिया। सरदार बलविंदर सिंह जी सरदार हरबंस सिंह जी काका ते 3 लड़कियां जिन्होंने अपने धंधे के नाल नाल अपना काम के नाल नाल बच्चों का बड़ा वधिया पालन पोषण किया अपने बच्चों को अपने बड़े वधिया संस्कार दिते। जिथे सरदार हरबंस सिंह जी काका सरदार बलविंदर सिंह जी जिथे अपने घर के काम धंधिया के नाल नाल अपने बच्चों के पालन पोषण के नाल नाल अजे को राजनीति के पिंड के विच भी बड़ा अपना नामना हस्त है। सरदार हरबंस सिंह जी काका जो सीनियर कांग्रेसी आगू ने मैं दस रहे थे सर हरबंस सिंह जी कि सरदार जोरा सिंह जी वो कांग्रेस की लाइन तो परे कि हटे ही नहीं उन्होंने बड़ी एक खूबी सी सरदार जोरा सिंह जी के सारे नगर निवासियों सारे रिश्तेदार मित्रों दोस्तों इस गल का भलीभांत पता कि उन्होंने जो खूबी सी उन्होंने खूबी यह सी जो उन्होंने गल कहनी सी वो हर एक दे मूँह से कहते सी। अज के जमाने के जो गल सच्ची कहता समाज थोड़ा जहा उसको पिछे हटना शुरू कर दिया
ਅੱਜ ਆਪਾਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਜੁੜੇ ਹਾਂ। ਮੇਰੇ ਤੋਂ ਪਹਿਲਾਂ ਰਾਗੀ ਸਿੰਘਾਂ ਨੇ ਕੀਰਤਨ ਕੇ ਰਾਹੀਂ ਉਹਨਾਂ ਨੂੰ ਸਰਬਾਂ ਦੇ ਫੁੱਲ ਭੇਟ ਕੀਤੇ ਹੈ। ਉਪਰੰਤ ਅਰਦਾਸ ਬੇਨਤੀ ਹੋਈ ਹੈ ਸੱਚੇ ਪਾਤਸ਼ਾਹ ਇਸ ਵਿਸੜੀ ਹੋਈ ਰੂਹ ਨੂੰ ਆਪ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਬੇਨਤੀ ਕੀਤੀ ਹੈ ਅਤੇ ਇਹ ਹੈ ਵੀ ਗੁਰੂ ਘਰ ਦਾ ਭਾਈ ਅਰਦਾਸ ਕਰਦਾ ਤਾਂ ਉਹ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੁੰਦਾ। ਇਕੱਠ ਕਰਨ ਦਾ ਸਾਡਾ ਮਕਸਦ ਇਹੀ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਕਿਉਂਕਿ ਵਿਛੜਿਆਂ ਦੀਆਂ ਆਪਾਂ ਉਹਨਾਂ ਦੀਆਂ ਕਹਾਣੀਆਂ ਪਾਉਂਦੇ ਹਾਂ, ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਦੇ ਹਾਂ। ਇਸ ਸੰਗਤ ਦੇ ਵਿੱਚ ਕੋਈ ਰੱਬ ਦਾ ਬਖਸ਼ਿਆ ਹੋਇਆ ਗੁਰਸਿੱਖ ਪਿਆਰਾ ਆਉਂਦਾ ਤਾਂ ਉਹਦੀ ਅਰਦਾਸ ਬੇਨਤੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮਨਜ਼ੂਰ ਹੁੰਦੀ ਹੈ। ਸੋ ਸਮਾਂ ਪਹਿਲਾਂ ਹੀ ਬਹੁਤ ਉੱਚਾ ਹੋ ਚੁੱਕਿਆ, ਬੁਲਾਰੇ ਬੋਲਣ ਵਾਲੇ ਬਹੁਤ ਆ, ਸੋ ਸਾਰਿਆਂ ਨੂੰ ਆਪਾਂ ਟਾਈਮ ਨਹੀਂ ਦੇ ਸਕਦੇ, ਤਾਂ ਮੈਂ ਦੋ ਬੁਲਾਰਿਆਂ ਨੂੰ ਬੁਲਾਵਾਂਗਾ। ਸੋ ਮੈਂ ਬੇਨਤੀ ਕਰਦਾ ਸਰਦਾਰ ਪਰਮਜੀਤ ਸਿੰਘ ਜੀ ਤੁਸੇ ਵਾਈਸ ਚੇਅਰਮੈਨ ਡਿਸਟ੍ਰਿਕਟ ਲੁਧਿਆਣਾ, ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਦੋ ਮਿੰਟ ਵਾਸਤੇ ਜੁਗਲ ਕਪੋਟਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਬਜ਼ੁਰਗ ਵੀਰ ਭਾਈ ਸਭ ਦੇ ਚੈਨਲ ਅੱਜ ਫਤਿਹ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੇ ਹੀ ਚੇਰੇ ਜਿਕਿਆ ਤੇਵੇਂ ਹੁਕਮ ਚਲਾਏ, ਕੱਲੇ ਆਏ ਨਾਨਕਾ ਸਦਾ ਆਏ ਉੱਠੀ ਗਾਏ ਦੇ ਹੁਕਮ ਅਨੁਸਾਰ ਸਾਡੇ ਮਾਮਾ ਜੀ, ਕਿਉਂਕਿ ਸਾਡੇ ਭਗਵਾਨ ਜੀ ਬੈਠੇ ਆ, ਸਾਡੇ ਭਰਾ ਜੀ ਸਾਡੇ ਵੀ ਮਾਮਾ ਜੀ ਆ। ਸੋ ਉਹਨਾਂ ਦੇ ਆਪਾਂ ਅੰਤਿਮ ਅਰਦਾਸ 'ਚ ਬੈਠੇ ਹਾਂ, ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਇਸ ਨਗਰ ਨੂੰ ਵੀ ਘਾਟਾ ਪਿਆ, ਕਿਉਂਕਿ ਵਧੀਆ ਸੋਚਾਂ ਵਾਲੇ ਬਜ਼ੁਰਗ ਕੋਸ਼ੀ ਹੁੰਦੇ ਹਨ। ਇਹ ਸਾਦਾ ਜਿਹਾ ਪਰਿਵਾਰ ਜਿੱਥੇ ਸਰਦਾਰ ਸੁਰਗਵਾਸੀ ਜੋਰਾ ਸਿੰਘ ਜੀ ਇੱਕ ਹਾਰਿਆ ਭਰਿਆ ਪਰਿਵਾਰ ਛੱਡ ਕੇ ਗਏ ਆ, ਪਿੱਛੇ ਆਪਣੇ ਦੋ ਬੇਟੇ ਇੱਕ ਬੇਟੀ ਉਹ ਬੇਟੀ ਬਾਹਰ ਸੇਟਲਾ, ਸੋ ਬੜਾ ਖੁਸ਼ੀਆ ਭਰਿਆ ਪਰਿਵਾਰ ਆ। ਸੋ ਮੈਂ ਬਹੁਤਾ ਕੁਛ ਨਹੀਂ ਬੋਲੂਗਾ, ਕੋਈ ਸਮਾਂ ਕਾਫੀ ਆ। ਸੋ ਆਪਾਂ ਤਾਂ ਅੱਜ ਸਾਰੀ ਸੰਗਤ ਬੈਠ ਕੇ ਅਰਦਾਸ ਵੀ ਕੀਤੀ ਆ, ਉਸ ਇਸ ਸਤਿਗੁਰੂ ਆਪਾਂ ਚਰਨਾਂ ਅਰਦਾਸ ਕਰਾਂਗੇ, ਸਤਿਗੁਰੂ ਜੀ ਇਸ ਵਿਛੜੇ ਰੂਹ ਨੂੰ ਜੋਰਾ ਸਿੰਘ ਜੀ ਨੂੰ ਆਪਣੇ ਚਰਨਾਂ 'ਚ ਸਥਾਨ ਦਿਓ। ਸੋ ਮੈਂ ਵਿਸ਼ੇਸ਼ ਤੌਰ 'ਤੇ ਡਾਕਟਰ ਅਮਰ ਸਿੰਘ ਦੀ ਹਾਜ਼ਰੀ ਲਾਉਣ, ਕਿਉਂਕਿ ਉਹ ਦਿੱਲੀ ਗਏ ਹੋਏ ਆ, ਵਿਸ਼ੇਸ਼ ਤੌਰ 'ਤੇ ਡਾਕਟਰ ਅਮਰ ਸਿੰਘ ਜੀ ਹਲਕਾ ਰਾਏਪੁਰ ਚਾਰ, ਉਹ ਵੀ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆ ਔਰ ਇਸ ਵਿਛੜੇ ਹੋਏ ਰੋਹ ਨੂੰ ਸ਼ਰਧਾ ਜੀ ਦੇ ਪੁੱਲ ਭੇਟ ਕਰਦਾ ਡਾਕਟਰ ਅਮਰ ਸਿੰਘ ਜੀ। ਸੋ ਮੈਂ ਬਹੁਤਾ ਕੁਛ ਕਹਿੰਦਾ ਨਾ ਹੋਇਆ, ਇਸ ਵਿਛੜੇ ਰੋਹ ਨੂੰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੀ ਪਾਰਟੀ ਵੱਲੋਂ ਸ਼ਰਧਾ ਜੀ ਦੇ ਪੁੱਲ ਭੇਟ ਕਰਦਾ। ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨੇ ਸਰਦਾਰ ਜੋਰਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ, ਸੋ ਮੈਂ ਮਾਫ਼ੀ ਚਾਹੁੰਦਾ। ਸਰਦਾਰ ਮਦਨਜੀਤ ਸਿੰਘ ਜੀ, ਕਾਕਾ ਪੱਖੋਵਾਲ, ਗੁਰਦੀਪ ਸਿੰਘ ਜੀ ਝੰਜਰ, ਨੰਬਰਦਾਰਨੀ ਬਲਵੀਰ ਕੌਰ ਜੀ ਤਲਵੰਡੀ, ਚੇਅਰਮੈਨ ਅਵਤਾਰ ਸਿੰਘ ਜੀ ਗੁਰਜਰੀ ਸਿੰਘ, ਚੇਅਰਮੈਨ ਪਰਮ ਪੰਜ ਪਿਆਰਾ ਸਿੰਘ ਜੀ ਤਲਵੰਡੀ, ਪ੍ਰਧਾਨ ਬੂਟਾ ਸਿੰਘ ਜੀ, ਸੋ ਇਹਨਾਂ ਤੋਂ ਮਾਫ਼ੀ ਚਾਹੁੰਦੇ ਹਾਂ ਜੀ, ਸਮੇਂ ਦੀ ਘਾਟ ਟਾਈਮ ਦੀ ਘਾਟ ਨੂੰ ਕਾਰਨ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ। ਸੋ ਮੈਂ ਬੇਨਤੀ ਕਰਾਂ ਸਰਦਾਰ ਜਗਦੇਵ ਸਿੰਘ ਜੀ ਪ੍ਰਧਾਨ ਗੁਰਦੁਆਰਾ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਉਹ ਵੀ ਦੋ ਮਿੰਟ ਵਾਸਤੇ ਸਰਦਾਰ ਜੋਰਾ ਸਿੰਘ ਜੀ ਨੂੰ ਸਰਦਾ ਦੇ ਫੁੱਲ ਭੇਟ ਕਰਨਗੇ। ਪ੍ਰਧਾਨ ਸਾਹਿਬ ਸਰਦਾਰ ਜਗਦੇਵ ਸਿੰਘ ਜੀ,
ਸ੍ਰੀ ਹਰਿਮੰਦਰ ਸਾਹਿਬ ਦੀ ਹਵੇਲੀ ਵਿੱਚ ਬਿਰਾਜਮਾਨ ਜੁੜ ਬੈਠੇ ਗੁਰੂ ਪਿਆਰੇ ਗੁਰੂ ਕੇ ਸਾਸਨ ਜੀ ਗੱਠ ਗੱਠ ਕੇ ਬੁਲਾਓ ਫਤਿਹ ਕਰੋ ਸੁਨਾ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਵੀ ਪ੍ਰਾਣੀ ਜਦੋਂ ਇਸ ਸੰਸਾਰ ਦੇ ਵਿੱਚ ਜਨਮ ਲੈਣ ਲਈ ਆਉਂਦਾ ਉਸ ਤੋਂ ਪਹਿਲਾਂ ਅਕਾਲ ਪੁਰਖ ਵੱਲੋਂ ਉਸਦੇ ਸਵਾਸ ਅਤੇ ਉਸਦਾ ਦਾਣ ਪਾਣੀ ਤੈਅ ਕੀਤਾ ਜਾਂਦਾ ਕਿ ਇਹ ਪ੍ਰਾਣੀ ਇੰਨੇ ਸਵਾਸ ਲੈ ਕੇ ਇੰਨਾ ਅੰਨ ਪਾਣੀ ਚੁੱਕ ਕੇ ਤੂੰ ਆਪਣਾ ਜੀਵਨ ਸਫਲ ਕਰਕੇ ਇਸ ਸੰਸਾਰ ਦੇ ਵਿੱਚ ਵਾਪਸ ਆਉਣਾ। ਕਲਯੁੱਗ ਦਾ ਸਮਾਂ ਹੋਣ ਕਾਰਨ ਪ੍ਰਾਣੀ ਪਰਮਾਤਮਾ ਨਾਲ ਵਾਅਦਾ ਤਾਂ ਜ਼ਰੂਰ ਕਰਦਾ ਕਿ ਮੈਨੂੰ ਤੂੰ ਇਸ ਦੁਨੀਆਂ ਦੇ ਵਿੱਚ ਜਨਮ ਦੇ ਕਿ ਮੈਂ ਤੇਰਾ ਜਾ ਕੇ ਨਾਮ ਜਪੂੰਗਾ ਕਿ ਆਪਣਾ ਜੀਵਨ ਤੇਰੇ ਦੱਸੇ ਮਾਰਗ ਅਨੁਸਾਰ ਸਫਲ ਕਰਕੇ ਵਾਪਸ ਤੇਰੇ ਚਰਨਾਂ ਵਿੱਚ ਆਵਾਂਗਾ। ਪ੍ਰਾਣੀ ਜਨਮ ਲੈਣ ਤੋਂ ਬਾਅਦ ਹੌਲੀ ਹੌਲੀ ਮਾਤਾ ਦੇ ਦੁੱਧ ਦੇ ਨਾਲ ਪਿਆਰ ਪੈ ਜਾਂਦਾ, ਹੌਲੀ ਹੌਲੀ ਆਪਣੇ ਭੈਣ ਭਾਈਆਂ ਨੂੰ ਪਛਾਣਨ ਲੱਗ ਜਾਂਦਾ। ਗ੍ਰਸਥੀ ਜੀਵਨ ਦੇ ਵਿੱਚ ਵਿਚਰਦਾ ਹੋਇਆ ਕੋਈ ਕਰਮਾਂ ਵਾਲਾ ਪ੍ਰਾਣੀ ਹੈ ਕਿ ਇਸ ਮਾਇਆ ਦੇ ਜੀਵਨ ਦੇ ਵਿੱਚ ਬਤੀਤ ਹੁੰਦਾ ਹੋਇਆ ਕਿ ਉਸ ਪਰਮਾਤਮਾ ਨੂੰ ਨਾਮ ਦੇ ਨਾਲ ਯਾਦ ਰੱਖਦਾ ਤਾਂ ਉਹਦਾ ਜੀਵਨ ਸਫਲ ਵੀ ਹੁੰਦਾ। ਆਮ ਕਰਕੇ ਅਸੀਂ ਸਿਆਸਤ ਦੇ ਨਸ਼ੇ ਵਿੱਚ, ਪੈਸੇ ਦੇ ਨਸ਼ੇ ਦੇ ਵਿੱਚ, ਧੀਆਂ ਪੁੱਤਾਂ ਦੇ ਉੱਚੇ ਅਹੁਦਿਆਂ ਦੇ ਨਸ਼ੇ ਦੇ ਵਿੱਚ ਉਸ ਅਕਾਲ ਪੁਰਖ ਨੂੰ, ਉਸ ਪਰਮਾਤਮਾ ਨਾਲ ਅਸੀਂ ਖਾਸ ਕਰਕੇ ਟੁੱਟ ਜਾਂਦੇ ਹਾਂ। ਅਪਾਰ ਕਿਰਪਾ ਸੱਚੇ ਪਾਤਸ਼ਾਹ ਦੀ ਜਿਸ ਉੱਪਰ ਹੋਏ ਉਹੀ ਇਸ ਬਾਣੀ ਦੇ ਬਾਣੇ ਨਾਲ ਗੁਰੂ ਨਾਲ ਜੁੜਿਆ ਰਹਿੰਦਾ। ਸਰਦਾਰ ਜੋਰਾ ਸਿੰਘ ਜੀ ਕਾਫੀ ਲੰਬਾ ਸਮਾਂ ਬੈਡ ਤੇ ਪੈਣ ਉਪਰੰਤ ਇਸ ਸੰਸਾਰ ਦੇ ਵਿੱਚੋਂ ਗਏ ਨੇ। ਉਹਨਾਂ ਦੇ ਬੱਚਿਆਂ ਨੇ ਪੂਰੀ ਰੱਚ ਕੇ ਉਸਦੀ ਉਹਨਾਂ ਦੀ ਸੇਵਾ ਕੀਤੀ ਹੈ। ਸਰਦਾਰ ਜੋਰਾ ਸਿੰਘ ਜੀ ਦਾ ਬੇਟਾ ਹਰਬੰਸ ਸਿੰਘ ਕਿ ਜਿਹੜਾ ਕਿ ਸਾਡਾ ਕਲਾਸ ਫੈਲੋ ਰਿਹਾ ਸੀ ਇਕੱਠੇ ਖਾਲਸਾ ਸਕੂਲ ਗੁਰਦੁਆਰਾ ਟਾਹਲੀਆਂ ਸਾਹਿਬ ਇੱਕੋ ਕਲਾਸ ਦੇ ਵਿੱਚ ਪੜ੍ਹਿਆ। ਬੜਾ ਦੁੱਖ ਹੁੰਦਾ ਪਰਿਵਾਰ ਨੂੰ ਜਦੋਂ ਵੀ ਕੋਈ ਵੀ ਪ੍ਰਾਣੀ ਪਰਿਵਾਰ ਦੇ ਵਿੱਚੋਂ ਜਾਂਦਾ, ਉਮਰ ਜਿੰਨੀ ਮਰਜ਼ੀ ਹੋਵੇ, ਕਿਉਂਕਿ ਸਾਡਾ ਪਿਆਰ ਹੀ ਇੰਨਾ ਧੀਆਂ ਪੁੱਤਾਂ ਦੇ ਨਾਲ ਪੈ ਜਾਂਦਾ ਕਿ ਉਸ ਦਾ ਜਾਣ ਜੀ ਨਹੀਂ ਕਰਦਾ। ਅਕਾਲ ਪੁਰਖ ਦਾ ਸੱਦਾ ਪਰ ਉਸਦੇ ਅਨੁਸਾਰ ਸਾਨੂੰ ਜਾਣਾ ਪੈਂਦਾ। ਅਸੀਂ ਸਾਰਿਆਂ ਨੇ ਰਲ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਹੜੇ ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਜ਼ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ਣਾ। ਇਹਨਾਂ ਕੰਦਰੇ ਕੇ ਮੰਦ ਜਾਚਕਾਂ ਸਰਬਤ ਸਾਹਾ ਲਿਖਿਆ ਮਿਲ ਕਰ ਬਾਬੋ ਤੇ ਦਿਓ ਸੱਜਣ ਅਸੀਸ ਚੜੀਆਂ ਜੋ ਹੋਵੇ ਸਰ ਸੰਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਕੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਤੀ ਉੱਠ ਜਾਏ। ਗੁਰਬਾਣੀ ਦੇ ਇਸ ਮਹਾਂਵਾਕ ਅਨੁਸਾਰ ਅਕਾਲ ਪੁਰਖ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਜੋਰਾ ਸਿੰਘ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਸ਼ਾਮਲ ਹੋਈ ਸਮੁੱਚੀ ਸਾਧ ਸੰਗਤ ਜੀ ਆਓ ਫਤਿਹ ਦੀ ਪਾਈਏ ਸਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਜਿਸ ਸ਼ਖਸੀਅਤ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ ਉਸ ਸ਼ਖਸੀਅਤ ਬਾਰੇ ਅਤੇ ਉਹਨਾਂ ਦੇ ਪਰਿਵਾਰ ਬਾਰੇ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਸਟੇਟ ਸੈਕਟਰੀ ਸਰਦਾਰ ਸੋਹਣ ਸਿੰਘ ਜੀ ਨੇ ਬਹੁਤ ਕੁਛ ਦੱਸ ਦਿੱਤਾ। ਉਹਨਾਂ ਨੂੰ ਸਰਦਾਰ ਜੋਰਾ ਸਿੰਘ ਜੀ ਦਾ ਜਨਮ ਸਰਦਾਰ ਬਾਬੂ ਸਿੰਘ ਅਤੇ ਮਾਤਾ ਭਗਵਾਨ ਕੌਰ ਦੇ ਘਰ ਅੱਜ ਤੋਂ ਲਗਭਗ 82 ਵਰੇ ਪਹਿਲਾਂ ਹੋਇਆ ਅਤੇ ਜਵਾਨੀ ਦੇ ਵਿੱਚ ਉਹਨਾਂ ਨੇ ਆਪਦੀ ਜਿਹੜੀ ਸੀਗੀ ਗ੍ਰਹਿਸਥੀ ਜੀਵਨ ਸਾਡੇ ਸਤਿਕਾਰਯੋਗ ਭੂਆ ਜੀ ਬੀਬੀ ਸੁਖਦੇਵ ਕੌਰ ਜੀ ਨਾਲ ਸ਼ੁਰੂ ਕੀਤਾ। ਗ੍ਰਹਿਸਥੀ ਜੀਵਨ ਦੇ ਦੌਰਾਨ
ਉਹਨਾਂ ਦੇ ਘਰ ਦੋ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਬਿੱਲੂ ਵੀਰ ਜੀ ਆਖਦੇ ਹਾਂ, ਸਰਦਾਰ ਹਰਬੰਸ ਸਿੰਘ ਜੀ ਜਿਨ੍ਹਾਂ ਨੂੰ ਪਿਆਰ ਦੇ ਨਾਲ ਕਾਕਾ ਆਖਦੇ ਹਾਂ, ਅਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ। ਸਰਦਾਰ ਜੋਰਾ ਸਿੰਘ ਜੀ ਨੇ ਆਪਦੇ 50 ਬੱਚਿਆਂ ਨੂੰ ਆਪਦੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਨੂੰ ਅਪਣਾਉਂਦੇ ਹੋਏ ਮਿਹਨਤ ਕਰਦੇ ਹੋਏ ਪੂਰੀ ਚੰਗੀ ਤਰ੍ਹਾਂ ਸੈਟਲ ਕੀਤਾ, ਕਿਉਂਕਿ ਇਹ ਝੰਜਰ ਪਰਿਵਾਰ ਇਲਾਕੇ ਦੇ ਵਿੱਚ ਇੱਕ ਉਦਾਹਰਣ ਦੇ ਤੌਰ 'ਤੇ ਸਥਾਪਿਤ ਹੋਇਆ। ਕਿਉਂਕਿ ਸਰਦਾਰ ਜੋਰਾ ਸਿੰਘ ਜੀ ਜਿਨ੍ਹਾਂ ਦੇ ਕੋਲ ਕਿਸੇ ਟਾਈਮ 2.5 ਏਕੜ ਜ਼ਮੀਨ ਸੀ, ਉਹਨਾਂ ਨੇ ਇੰਨੀ ਹੱਦ ਭੰਨ ਵੀ ਮਿਹਨਤ ਕੀਤੀ ਅਤੇ ਮਾਤਾ ਸਰਦਾਰ ਸਰਦਾਰਨੀ ਸੁਖਦੇਵ ਕੌਰ ਜੀ ਨੇ ਉਹਨਾਂ ਦਾ ਬਹੁਤ ਹੀ ਸਾਥ ਦਿੱਤਾ ਅਤੇ ਉਹਨਾਂ ਨੇ ਆਪਦੀ ਮਿਹਨਤ ਦੇ ਸਦਕਾ ਅੱਜ 34 ਕਿੱਲੇ ਇਸ ਮਿਹਨਤ ਦੇ ਨਾਲ ਬਣਾਏ ਅਤੇ ਪਰਿਵਾਰ ਦੇ ਬੱਚਿਆਂ ਨੂੰ ਸੈਟਲ ਕੀਤਾ, ਜੋ ਕਿ ਇੱਕ ਜ਼ਿਮੀਂਦਾਰ ਪਰਿਵਾਰਾਂ ਦੇ ਵਿੱਚ ਬਹੁਤ ਵੱਡੀ ਉਦਾਹਰਣ ਹੈ। ਬਾਕੀ ਇਹ ਪਰਿਵਾਰ ਜਿੱਥੇ ਆਪਦੇ ਖੇਤੀਬਾੜੀ ਦੇ ਧੰਦੇ ਦੇ ਵਿੱਚ ਆਪਦਾ ਨਾਮ ਚਮਕਾਉਂਦਾ ਰਿਹਾ, ਉੱਥੇ ਰਾਸੀ ਪਿੰਡ ਦੇ ਵਿੱਚ ਵੀ ਇਹ ਪਰਿਵਾਰ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਰਿਹਾ, ਕਿਉਂਕਿ ਪਹਿਲਾਂ ਸਰਦਾਰ ਜੋਰਾ ਸਿੰਘ ਜੀ ਸਵਰਗਵਾਸੀ ਸਰਦਾਰ ਕਰਨੈਲ ਸਿੰਘ ਜੀ ਧਾਂਦਰਾ ਉਹਨਾਂ ਦੇ ਨਾਲ ਜੁੜੇ ਰਹੇ। ਉਸ ਤੋਂ ਬਾਅਦ 1997 ਤੋਂ ਲੈ ਕੇ ਜਦੋਂ ਸਾਡੇ ਇਲਾਕੇ ਦੇ ਮਰਹੂਮ XMLA ਸਰਦਾਰ ਹਰਮਿੰਦਰ ਸਿੰਘ ਜੀ ਪ੍ਰਧਾਨ ਉਹਨਾਂ ਨੇ ਪਹਿਲੀ ਵਾਰ ਇਲੈਕਸ਼ਨ ਲੜੀ ਤਾਂ ਇਸ ਪਰਿਵਾਰ ਦਾ ਅਸੀਂ ਦੇਣ ਨਹੀਂ ਦੇ ਸਕਦੇ, ਇਹਨਾਂ ਨੇ ਪੂਰਾ ਡਟ ਕੇ ਸਾਥ ਦਿੱਤਾ ਅਤੇ ਦਿਨ ਰਾਤ ਇੱਕ ਕਰਕੇ ਨਾਲ ਇਹਨਾਂ ਨੇ ਆਪਦੀ ਪੂਰੀ ਜ਼ਿੰਮੇਵਾਰੀ ਨਿਭਾਈ ਅਤੇ ਰਾਜਸੀ ਤੌਰ 'ਤੇ ਇਹ ਅੱਜ ਤੱਕ ਆਪਦਾ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਦੇ ਬੱਚੇ ਉਸੇ ਲਾਈਨ 'ਤੇ ਚੱਲ ਰਹੇ ਨੇ। ਇਸੇ ਕਰਕੇ ਅੱਜ ਸਵਰਗਵਾਸੀ XMLA ਸਰਦਾਰ ਹਰਮਿੰਦਰ ਸਿੰਘ ਜੀ ਪ੍ਰਧਾਨ, ਉਹਨਾਂ ਦੇ ਛੋਟੇ ਭਾਈ ਸਾਹਿਬ ਡਾਕਟਰ TP ਸਿੰਘ ਜੀ ਉਚੇਚੇ ਤੌਰ 'ਤੇ ਇਸ ਪਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਇੱਥੇ ਹਾਜ਼ਰ ਹੋਏ ਨੇ। ਉਹਨਾਂ ਦੇ ਨਾਲ ਕਾਂਗਰਸ ਦੇ ਸੂਬਾ ਸਕੱਤਰ ਸਰਦਾਰ ਹਾਕਮ ਸਿੰਘ ਜੀ ਠੇਕੇਦਾਰ ਉਹ ਵੀ ਨਾਲ ਆਏ ਨੇ ਅਤੇ ਮੈਂ ਆਪਦੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਸ ਮਹਾਨ ਸ਼ਖਸੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਅਤੇ ਸਰਦਾਰ ਹਰਮਿੰਦਰ ਸਿੰਘ XMLA ਉਹਨਾਂ ਦੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ। ਜਿਵੇਂ ਕਿ ਆਪਾਂ ਸਾਰਿਆਂ ਨੇ ਵਿਰਥੀ ਨਾ ਹੋਏ ਜਨ ਦੀ ਅਰਦਾਸ ਬਾਣੀ ਨੇ ਕਿਹਾ ਵਾ, ਸਾਰਿਆਂ ਨੇ ਆਪਾਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਆ ਕਿ ਇਹ ਪਰਮਾਤਮਾ ਸਵਰਗਵਾਸੀ ਸਰਦਾਰ ਜੋਰਾ ਸਿੰਘ ਦੀ ਪਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਵਰ ਬਖਸ਼ਣਾ। ਮੈਂ ਇਹ ਕੁਛ ਕਹਿੰਦਾ ਹੋਇਆ ਇਹੀ ਅਰਦਾਸ ਬੇਨਤੀ ਕਰਦਾ, ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ, ਅਬ ਕੀ ਪਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਅਤੇ ਨਾਲ ਦੀ ਨਾਲ ਹੀ ਮੈਨੂੰ ਪਰਿਵਾਰ ਵੱਲੋਂ ਹੁਕਮ ਹੋਇਆ ਸੀ ਕਿ ਜਿੰਨੇ ਵੀ ਰਾਜਸੀ ਪਾਰਟੀਆਂ ਦੇ ਆਗੂ, ਸਮਾਜ ਸੇਵੀ ਆਗੂ, ਰਿਸ਼ਤੇਦਾਰ, ਦੋਸਤ ਮਿੱਤਰ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਆਏ ਆ, ਉਹਨਾਂ ਸਾਰਿਆਂ ਦਾ ਪਰਿਵਾਰ ਵੱਲੋਂ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਹੈ, ਸਾਰਿਆਂ ਦਾ ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਅਤੇ ਨਾਲ ਹੀ ਪਰਿਵਾਰ ਵੱਲੋਂ ਬੇਨਤੀ ਆ ਕਿ ਗੁਰੂ ਕਾ ਲੰਗਰ ਤਿਆਰ ਹੈ, ਜਿਸ ਵੀ ਮਾਈ ਭਾਈ ਨੇ ਗੁਰੂ ਕਾ ਲੰਗਰ ਨਹੀਂ ਛਕਿਆ ਉਹ ਜ਼ਰੂਰ ਗੁਰੂ ਕਾ ਲੰਗਰ ਛਕ ਕੇ ਜਾਣਾ, ਉਪਰੰਤ ਦੇਗ ਵਰਤਣ ਉਪਰੰਤ ਚਾਹ ਦਾ ਲੰਗਰ ਵੀ ਤਿਆਰ ਹੈ। ਸਾਰੀ ਸੰਗਤ ਨੂੰ ਬੇਨਤੀ ਆ ਕਿ ਚਾਹ ਦਾ ਲੰਗਰ ਛਕ ਕੇ ਜਾਣਾ, ਬੋਲਦਿਆਂ ਦੇ ਕੋਈ ਲਫ਼ਜ਼ ਘੱਟ ਵੱਧ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣਹਾਰ ਨੇ, ਸਾਰਿਆਂ ਨੇ ਬਖਸ਼ ਲੈਣਾ। ਇਸ ਤੋਂ ਬਿਨਾਂ ਸਭ ਤੋਂ ਵੱਧ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿ ਇਸ ਪਰਿਵਾਰ ਨੂੰ ਬਾਣੀ ਦਾ ਉਲਟਾ ਆਸਰਾ ਦਿੱਤਾ, ਅਤੇ ਨਾਲ ਹੀ ਬਹੁਤ ਧੰਨਵਾਦ ਉਹਨਾਂ ਰਾਗੀ ਜਥਿਆਂ ਦਾ ਜਿਨ੍ਹਾਂ ਨੇ ਮਨੋਹਰ ਬਾਣੀ ਦਾ ਵਿਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।